ਸ਼੍ਰੀਕਾਲ ਨਮਸਕਾਰ ਅੱਜ ਦੀ ਸ਼ਾਮ ਕਿਹਦੇ ਨਾਲ ਦੱਸੋ ਬਾਈ ਅੱਜ ਦੀ ਸ਼ਾਮ ਕਿਹਦੇ ਨਾਲ ਅੱਜ ਦੀ ਸ਼ਾਮ ਪੂਨੇ ਦੀ ਗੋਲ ਗੱਪਿਆਂ ਦੀ ਚਾਟ ਦੇ ਨਾਲ ਪਤਾ ਨਹੀਂ ਲੰਘੀ ਜਾਂਦੀ ਸਾਂ ਤੇ ਦੱਸ ਡਿੱਗ ਗਏ ਗੋਲ ਗੱਪੇ ਮੈਂ ਕਿਹਾ ਵੀ ਓਹੋ ਪੂਨੇ ਖਾਈ ਸੀ ਉਹ ਵਾਲੀ ਚਾਟ ਤੇ ਇੰਨਾ ਸਵਾਦ ਆਇਆ ਸੀ ਤੇ ਮੈਨੂੰ ਖਵਾ ਕੇ ਲਿਆਇਆ ਸੀ ਸਾਡਾ ਭਤੀਜਾ ਜਿਹਦਾ ਨਾਂ ਹੈ ਸ਼ੈਲੀ ਸ਼ੈਲੀ ਤੇਰੇ ਨਾਮ ਤੇ ਇੱਕ ਚਾਟ ਬਣਾ ਰਹੀ ਹਾਂ ਤੇ ਦੇਖ ਭਲਾ ਕੀ ਸਵਾਦ ਆ ਰਿਹਾ ਕਿ ਨਹੀਂ ਸਭ ਤੋਂ ਪਹਿਲਾਂ ਚਾਟ ਵਾਸਤੇ ਨਾ ਆਪਾਂ ਨੂੰ ਦਹੀਂ ਬਹੁਤ ਅੱਛੀ ਵਾਲੀ ਚਾਹੀਦੀ ਹੈ ਅੱਛੀ ਵਾਲੀ ਵੀ ਚਾਹੀਦੀ ਹੈ ਤੇ ਨਾਲੇ ਮੈਸ਼ ਕੀਤੀ ਹੋਈ ਚੰਗੀ ਤਰ੍ਹਾਂ ਨਾਲ ਬਹੁਤ ਅੱਛੀ ਤਰ੍ਹਾਂ ਦਹੀਂ ਮੈਸ਼ ਕੀਤੀ ਹੋਵੇ ਤੇ ਵਿੱਚ ਇੰਨੀ ਦਹੀਂ ਦੇ ਮੈਂ ਇੱਕ ਚਮਚਾ ਚੀਨੀ ਵੀ ਪਾਈ ਹੋਈ ਹੈ ਝੂਠ ਨਹੀਂ ਬੋਲਣਾ ਪੀਸੀ ਹੋਈ ਚੀਨੀ ਮੈਂ ਪਾਈ ਹੋਈ ਹੈ ਠੀਕ ਹੈ ਲਓ ਜੀ ਇਹ ਜਿਹੜੀ ਹੈ ਇਹ ਮੈਂ ਪਹਿਲਾਂ ਮੈਸ਼ ਕੀਤੀ ਸੀ ਇਸ ਕਰਕੇ ਘੱਟ ਹੈ ਇਹ ਤਾਂ ਸਿਰਫ ਤੁਹਾਨੂੰ ਦਿਖਾਉਣ ਨੂੰ ਕੀਤੀ ਹੈ ਥੋੜ੍ਹੀ ਇਹ ਹੈਗੀ ਜੇ ਇਮਲੀ ਅਤੇ ਗੁੜ ਦੀ ਜਿਹੜੀ ਹੈ ਇਹ ਸਿੰਪਲ ਹੈ ਇਮਲੀ ਅਤੇ ਗੁੜ ਦੀ ਇਹਦੇ ਵਿੱਚ ਨਾ ਕੋਈ ਪਿਆਜ਼ ਨਾ ਕੋਈ ਅਦਰਕ ਨਾ ਕੋਈ ਲਸਣ ਅਤੇ ਨਾ ਕੋਈ ਰੰਗ ਠੀਕ ਹੈ ਅਤੇ ਹੁਣ ਮੈਂ ਨਾਲੋ ਨਾਲ ਪਾਈ ਜਾਂਦੀ ਹਾਂ ਦਿਖਾਈ ਜਾਂਦੀ ਹਾਂ ਮੈਂ ਟਾਈਮ ਕਿਉਂ ਵੇਸਟ ਕਰਨਾ ਇਹ ਸਾਡੇ ਕੋਲ ਦੋ ਹੈਗੇ ਨੇ ਪੱਲੇ ਠੀਕ ਹੈ ਜੀ ਇਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਮੈਸ਼ ਕਰ ਲੈਣਾ ਅਤੇ ਫਿਰ ਅਸੀਂ ਥੋੜ੍ਹੇ ਜਿਹੇ ਆਲੂ ਪਾ ਲੈਣੇ ਆ ਇਹਨਾਂ ਨੂੰ ਵੀ ਇੱਦਾਂ ਹੀ ਮੈਸ਼ ਕਰ ਲੈਣਾ ਭਾਵੇਂ ਮੈਸ਼ਰ ਨਾ ਕਰ ਲਓ ਭਾਵੇਂ ਓਮ ਕਰ ਲਓ ਹੈਂ ਅਤੇ ਇਹਨੂੰ ਵੀ ਕਰ ਲਿਆ ਅਤੇ ਫਿਰ ਥੋੜ੍ਹੀ ਜਿਹੀ ਪਾਵਾਂਗੇ ਇਹਦੇ ਵਿੱਚ ਗ੍ਰੀਨ ਚਟਨੀ ਉੱਪਰੋਂ ਵੀ ਪਾਣੀ ਹੈ ਇਹ ਤਾਂ ਸਿਰਫ ਵਿੱਚ ਪਾ ਰਹੀ ਹਾਂ ਅਤੇ ਆਹ ਅਸੀਂ ਇਮਲੀ ਵਾਲੀ ਚਟਨੀ ਇਹ ਵੀ ਇਹਦੇ ਵਿੱਚ ਪਾ ਲਈ ਠੀਕ ਹੈ ਹੁਣ ਇੰਨੀਆਂ ਚੀਜ਼ਾਂ ਪਾ ਲਈਆਂ ਇਹ ਪਾ ਲਈ ਇਹ ਪਾ ਲਈ ਇਹ ਪਾ ਲਈ ਫਿਰ ਮੈਂ ਜਦੋਂ ਨਹੀਂ ਭੁੱਲ ਜਾਂਦੀ ਹਾਂ ਨਾ ਤਾਂ ਫਿਰ ਮੈਨੂੰ ਲੋਕ ਮੇਰੇ ਵਿਊਅਰਸ ਜਿਹੜੇ ਨਾ ਉਹ ਕਹਿੰਦੇ ਨੇ ਮੈਮ ਤੁਸੀਂ ਇਹ ਨਹੀਂ ਪਾਇਆ ਉਹ ਨਹੀਂ ਪਾਇਆ ਰਹਿ ਜਾਂਦਾ ਬੁੱਢੀਆਂ ਐਨੀਵੇ ਅਤੇ ਇਹ ਹੋ ਗਈ ਸਾਡੀ ਇਹ ਤਿਆਰ ਅਤੇ ਇਹਦੇ ਵਿੱਚ ਨਾ ਅਸੀਂ ਪਾਵਾਂਗੇ ਥੋੜ੍ਹਾ ਜਿਹਾ ਚਾਟ ਮਸਾਲਾ ਵੀ ਪਾ ਲਿਆ ਲਓ ਹੁਣ ਅਸੀਂ ਇਹਦੇ ਵਿੱਚ ਕੀ ਪਾਉਣਾ ਥੋੜ੍ਹੀਆਂ ਜਿਹੀਆਂ ਮੈਂ ਮਿਰਚਾਂ ਵੀ ਪਾਵਾਂਗੀ ਲਾਲ ਅਤੇ ਥੋੜ੍ਹੀ ਜਿਹੀ ਨਮਕ ਇਹਨੂੰ ਹੁਣ ਆਪਾਂ ਇੱਕ ਇਹਦਾ ਮਿਕਸਚਰ ਬਣਾ ਲੈਣਾ ਲਓ ਮੈਂ ਨਾ ਉੱਥੇ ਖੜ੍ਹੇ ਹੋ ਕੇ ਪੂਨੇ ਮੈਂ ਖੜ੍ਹੀ ਹੋਈ ਜਦੋਂ ਚਾਟ ਉਹਨੇ ਦਿੱਤੀ ਬਣਾ ਰਿਹਾ ਸੀ ਉਹ ਕਹਿੰਦਾ ਅੱਗੇ ਨਾ ਜਾਓ ਅੱਗੇ ਨਾ ਜਾਓ ਮੈਂ ਕਿਹਾ ਨਹੀਂ ਮੈਨੂੰ ਜਾਣਾ ਹੈ ਭਾਈ ਮੈਂ ਵੇਖਣੀ ਜੋ ਸੀਗੀ ਮੈਂ ਤਾਂ ਚਲੀ ਗਈ ਅੱਗੇ ਜਾ ਕੇ ਉਹਨੂੰ ਮੈਂ ਫਿਰ ਸਾਰਾ ਵੇਖਿਆ ਵੀ ਉਹਨੇ ਕੀ ਕੁਛ ਕੀਤਾ ਅਤੇ ਉਹਨੇ ਆਹੀ ਜਿਹੜਾ ਘੋਲ ਸੀ ਨਾ ਥੋੜ੍ਹਾ ਜਿਹਾ ਇਹ ਬਣਾ ਲਿਆ ਅਤੇ ਇਹ ਜੀ ਬਣ ਗਿਆ ਨਾ ਘੋਲ ਅਤੇ ਹੁਣ ਅਸੀਂ ਇਹ ਜਿਹੜਾ ਘੋਲ ਬਣ ਗਿਆ ਇਹਦੇ ਵਿੱਚ ਸਭ ਕੁਝ ਹੈਗਾ ਅਤੇ ਇਹਦੇ ਵਿੱਚ ਅਸੀਂ ਹੁਣ ਕੀ ਕਰਨਾ ਇਹ ਗੋਲ ਗੱਪੇ ਨੂੰ ਇੱਦਾਂ ਇੱਦਾਂ ਤੋੜ ਲੈਣਾ ਇਹ ਬੜੇ ਪਿਆਰ ਨਾਲ ਤੋੜਨਾ ਜੇ ਜੇ ਇਹਨੂੰ ਨਾ ਚੰਗੀ ਤਰ੍ਹਾਂ ਤੋੜਿਆ ਤਾਂ ਫਿਰ ਗੋਲ ਗੱਪੇ ਸਾਰਾ ਟੁੱਟ ਜਾਣਾ ਜੀ ਲਓ ਜੀ ਇਹਨੂੰ ਅਸੀਂ ਇਹਦੇ ਨਾਲ ਗੋਲ ਗੱਪੇ ਨੂੰ ਭਰ ਲੈਣਾ ਠੀਕ ਹੈ ਸਾਰੇ ਗੋਲ ਗੱਪਿਆਂ ਨੂੰ ਇੱਦਾਂ ਭਰ ਲਾਂਗੇ ਇਹ ਜੀ ਕੁਛ ਗੋਲ ਗੱਪੇ ਜਿਹੜੇ ਰੈਗੂਲਰ ਨੇ ਅਤੇ ਕੁਛ ਜਿਹੜੇ ਇਰੈਗੂਲਰ ਨੇ ਇਰੈਗੂਲਰ ਕਿਵੇਂ ਹੋ ਗਏ ਬਈ ਇਰੈਗੂਲਰ ਇਸ ਕਰਕੇ ਨੇ ਕਿ ਇਹ ਜਿਹੜੇ ਗੋਲ ਗੱਪੇ ਆਮ ਅਸੀਂ ਖਾਂਦੇ ਹਾਂ ਉਹ ਨੇ ਅਤੇ ਉਹ ਨੇ ਜਿਹੜੇ ਦੂਜੇ ਉਹ ਵੀ ਮੈਂ ਭਰ ਰਹੀ ਹਾਂ ਉਹ ਨੇ ਸੂਜੀ ਵਾਲੇ ਠੀਕ ਹੈ ਅਤੇ ਉਹ ਵੀ ਅਸੀਂ ਭਰ ਰਹੀ ਹਾਂ ਇਹ ਦੇਖੋ ਸੂਜੀ ਵਾਲੇ ਭਰੇ ਨੇ ਅਤੇ ਥੋੜ੍ਹੇ ਜਿਹੇ ਭਰ ਲਾਂਗੀ ਥੋੜ੍ਹੇ ਜਿਹੇ ਭਰ ਲਾਂਗੇ ਸੂਜੀ ਵਾਲੇ ਥੋੜ੍ਹੇ ਜਿਹੇ ਨਾ ਸੌਫਟ ਹੁੰਦੇ ਨੇ ਅਤੇ ਓਇਲੀ ਵੀ ਹੁੰਦੇ ਨੇ ਅਤੇ ਪਰ ਮੈਨੂੰ ਕਈ ਵਾਰੀ ਬਹੁਤ ਸਵਾਦ ਲੱਗਦੇ ਹੁੰਦੇ ਨੇ ਅਤੇ ਮੈਂ ਖਾ ਲੈਂਦੀ ਹੁੰਦੀ ਹਾਂ ਮੈਨੂੰ ਮੈਂ ਗੋਲ ਗੱਪੇ ਚਾਟ ਦੀ ਬਹੁਤ ਫੌਂਡ ਆਫ ਹੈਗੀ ਹਾਂ ਅਤੇ ਅਸੀਂ ਬਹੁਤ ਖਾਂਦੀ ਨਹੀਂ ਬਾਹਰ ਜਾ ਕੇ ਪਰ ਕਦੀ ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਜੀ ਘਰ ਆਉਂਦਾ ਅਤੇ ਕਈ ਵਾਰੀ ਤਾਂ ਮੈਂ ਫਿਰ ਇੱਦਾਂ ਹੀ ਘਰ ਬਣਾਉਂਦੀ ਹਾਂ ਲਓ ਜੀ ਹੁਣ ਅਸਲੀ ਜਿਹੜੀ ਚਾਟ ਹੈ ਉਹ ਬਣਾਉਣ ਦਾ ਵੇਲਾ ਆ ਗਿਆ ਜੀ ਇਹ ਤਾਂ ਬੇਸਿਕ ਸੀਗੀ ਇਹਦੇ ਵਿੱਚ ਇੱਕ ਇੱਕ ਫਿਰ ਅਸੀਂ ਆਲੂ ਪਾ ਦੇਣਾ ਅਤੇ ਪਾਉਣ ਨੂੰ ਅਸੀਂ ਕਾਲੇ ਚਨੇ ਵੀ ਪਾ ਸਕਦੇ ਹਾਂ ਪਰ ਮੈਂ ਨਹੀਂ ਪਾ ਰਹੀ ਮੈਂ ਸਿਰਫ ਆਲੂ ਹੀ ਪਾ ਰਹੀ ਹਾਂ ਅਤੇ ਨੀਚੇ ਪੱਲੇ ਅਤੇ ਇਹ ਵੋ ਸਾਰਾ ਤੁਹਾਨੂੰ ਦਿਖਾਇਆ ਵੀ ਉਹ ਪਾਇਆ
ते हुण असी ना फटाफट वाली चाट, क्योंकि जे मैं फटाफट ना बनाई तां सलग्गी हो जाएगी, इस करके इहनू असी हुण फटाफट वाली चाट बनानी है। फटाफट वाली चाट किवें बनावां, समझ नहीं आ रही किवें बनावां। लो जी, इह असी हरी गोल गप्पे दे विच पानी है इमली दी खट्टी मिठी चटनी। लै हिल गया मेरा हाथ, लग गया डोंगा, कोई गल नहीं, लगन दियो, कोई ऐसी चक्कर नहीं है। ਇਹਦੇ ਵਿੱਚ ਉੱਤੇ ਵੀ ਪੈਣੀ ਹੈ, ਵਿੱਚ ਵੀ ਪੈਣੀ ਹੈ। ਮੈਂ ਕਿਹੜਾ ਕੋਈ ਗੋਲ ਗੱਪਿਆਂ ਵਾਲਾ ਭਾਈ ਹਾਂ ਵੀ ਪ੍ਰੋਪਰ ਬਣਾਵਾਂ। ਮੇਰੇ ਕੋਲ ਜਿਹੋ ਜਿਹੀ ਬਣਦੀ ਮੈਂ ਉਹੀ ਜਿਹੀ ਬਣਾਉਣੀ ਹੈ, ਖਾਣ 'ਚ ਬੜੀ ਸਵਾਦ ਹੋਏਗੀ, ਬਸ ਇਹ ਮੈਨੂੰ ਪਤਾ। ਲਓ ਹੁਣ ਅਸੀਂ ਦਹੀਂ, ਜੇ ਮੈਂ ਜ਼ਿਆਦਾ ਸਜਾਵਟਾਂ 'ਤੇ ਕਰਨ ਲੱਗ ਗਈ ਨਾ ਤਾਂ ਫਿਰ ਪਤਾ ਕੀ ਹੋਣਾ, ਜੇ ਇਹਨਾਂ ਸਲੱਗੀ ਹੋ ਜਾਣਾ। ਇਸ ਕਰਕੇ ਆਪਾਂ ਇੱਦਾਂ ਹੀ ਫਟਾਫਟ ਵਾਲੀ ਬਣਾ ਲੈਂਦੇ ਹਾਂ। ਹੁਣ ਅਸੀਂ ਪਾਵਾਂਗੇ ਹਰੀ ਹਰੀ ਚਟਨੀ ਦਾ ਤਾਂ ਮਜ਼ਾ ਹੀ ਹੋਰ ਹੈ। ਤੇ ਇਹ ਚਟਨੀ ਘਰ ਦੇ ਪੁਦੀਨੇ ਘਰ ਦੇ ਧਨੀਏ ਨਾਲ ਬਣੀ ਹੋਈ ਤੇ ਸਵਾਦ, ਠੀਕ ਹੈ। ਇਹ ਹੱਥ ਨਾਲ ਨਹੀਂ ਖਾਣੇ ਗੋਲ ਗੱਪੇ, ਇਹ ਮੈਂ ਤੁਹਾਨੂੰ ਦੱਸਦੇ ਹਾਂ ਚੰਗੀ ਤਰ੍ਹਾਂ। ਹੁਣ ਇਹਦੇ ਵਿੱਚ ਅਸੀਂ ਇੱਦਾਂ ਇਹ ਮਿਰਚਾਂ ਵੀ ਧੂਣੀਆਂ ਨੇ, ਇਹਦੇ ਵਿੱਚ ਅਸੀਂ ਇਹ ਚਾਟ ਮਸਾਲਾ ਜਿਹੜਾ ਕਿ ਇਹਨਾਂ ਗੋਲ ਗੱਪਿਆਂ ਦੀ ਜੇ ਜਾਨ ਜਾਨ ਨਹੀਂ ਜਾਨ ਪਹਿਚਾਨ ਕਮਾਲ ਦੀ ਹੈ। ਲਓ ਇਹਦੇ ਉੱਪਰ ਫਿਰ ਪਤਾ ਕੀ ਹੈ, ਆਹ ਜਦੋਂ ਸਾਰਾ ਕੁਝ ਬਣ ਗਿਆ ਤੇ ਫਿਰ ਕੁੜੀਆਂ ਕਹਿੰਦੀਆਂ ਨੇ ਬਈ ਇਹ ਥੋੜੀ ਸੀ ਔਰ ਚਟਨੀ ਡਾਲਨਾ, ਉਹ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਉਹ ਚਟਨੀ ਮੈਂ ਫਿਰ ਪਾਤੀ। ਓਕੇ, ਹੁਣ ਆ ਗਈ ਸਾਡੇ ਕੋਲ ਸੇਮ, ਇਹ ਹੈਗੀ ਏ ਚਾਟ। ਇਹ ਵੇ ਜਿਹੜੀ ਪੁੰਨੇ ਨਾ ਉਹ ਸਪੈਸ਼ਲ ਮੈਨੂੰ ਖੁਆਉਣ ਲੈ ਗਿਆ, ਕਹਿੰਦਾ ਚਾਚੀ ਜੀ ਇਹਦੇ ਉੱਤੇ ਨਾ ਇੰਨੀ ਕਮਾਲ ਦੀ ਉਹ ਪਾਉਂਦੇ ਨੇ ਤੇ ਇੰਨੀ ਕਮਾਲ ਦੀ ਉਹ ਬਣਾਉਂਦੇ ਨੇ। ਲਓ ਜੀ, ਇਹ ਜਿੰਨੀ ਆਪਾਂ ਦਹੀਂ ਇਹਦੇ ਵਿੱਚ ਹੋਏਗੀ ਨਾ, ਦਹੀਂ 'ਚ ਮੈਂ ਤੁਹਾਨੂੰ ਦੱਸਿਆ ਸੀ ਇੱਕ ਚਮਚਾ ਮਿੱਠਾ ਪਾਇਆ ਹੋਇਆ ਸੀਗਾ, ਮੇਰੇ ਮੂੰਹ 'ਚ ਪਹਿਲਾਂ ਹੀ ਪਾਣੀ ਆ ਗਿਆ ਜੇ ਹੈਂ। ਤੇ ਇਹ ਪਾ ਕੇ ਇਹ ਉੱਤੇ ਫੇਰ ਆ, ਕਿਉਂਕਿ ਆਪਾਂ ਰੰਗ ਦੋਨੋਂ ਹੀ ਇਹਦੇ ਬਣਾਉਣੇ ਨੇ। ਲਓ ਜੀ, ਹੁਣ ਅਸੀਂ ਇਹਦੇ 'ਚ ਜ਼ਰਾ ਕੁ ਪਾਵਾਂਗੇ ਨਮਕ, ਠੀਕ ਹੈ, ਨਮਕ ਵੀ ਹੋਣਾ ਚਾਹੀਦਾ। ਫਿਰ ਅਸੀਂ ਇਹ ਸੇਵੀਆਂ ਜਿਹੜੀਆਂ ਨੇ ਉਹ ਦੁਬਾਰਾ ਥੋੜੀਆਂ ਜਿਹੀਆਂ ਧੂੜ ਦਿਆਂਗੇ, ਇੰਜ ਕਰਕੇ ਭਾਵੇਂ ਦਿਹਾੜੀ ਪੂਰੀ ਲੱਗੀ ਰਹੋ, ਖਾਈ ਜਾਓ ਬਣਾਈ ਜਾਓ ਬਣਾਈ ਜਾਓ। ਤੇ ਇਹ ਜਿਹੜੀਆਂ ਅਸੀਂ ਉੱਤੇ ਪਾ ਲਈ ਕੀ ਹੈ, ਚੁਕੰਦਰ, ਚੁਕੰਦਰ ਕੱਦੂਕਸ ਕੀਤੀ ਹੋਈ ਅਸੀਂ ਉੱਤੇ ਪਾ ਲਈ। ਹੁਣ ਆਪਾਂ ਚੱਲਦੇ ਹਾਂ ਅੰਦਰ। ਲਓ ਜੀ, ਆ ਗਈ ਇਹ ਚਾਟ ਤੇ ਅੰਕਲ ਮਾਰਨੇ ਨੇ ਜੀਵਾ ਨੂੰ ਵਾਜਾਂ, ਦੋਤੀ ਨਾਲ ਕਰਦੇ ਪਏ ਨੇ ਗੱਲਾਂ। ਤੇ ਇਹ ਪਈ ਹੈ ਸਾਡੇ ਕੋਲ ਚਾਟ, ਤੇ ਇਹ ਸਾਡੀ ਬੈਠੀ ਹੈ ਡਾਕਟਰ ਸਾਹਿਬਾ, ਤੇ ਨਾ ਅਸੀਂ ਜਿਹੜੀ ਹੈ ਮੈਂ ਤੁਹਾਡੇ ਅੰਕਲ ਦੀ ਗੱਲ ਪੂਰੀ ਕੀਤੀ। ਸਵੇਰੇ ਕਹਿੰਦੇ ਸੀ ਨਾ ਇੱਕ ਚਾਹ ਬਣਾ ਕੇ, ਬਾਕੀ ਸਾਰਾ ਦਿਨ ਇਹਨੂੰ ਮੈਂ ਐ ਭਜਾਈ ਫਿਰਦਾ ਵਾ, ਆਹ ਵੇਖ ਲਓ ਏਦਾਂ ਹੀ ਕਰਦੇ ਜੇ। ਲਓ ਜੀ ਖਾਓ, ਅੱਛਾ ਪਾਓ ਤਾਂ ਸਹੀ, ਪਾਓਗੇ ਤਾਂ ਪਤਾ ਲੱਗੇਗਾ ਨਾ। ਇਹ ਦੇਖੋ ਜੀ, ਬੈਡ ਤੇ ਬੈਠਿਆਂ ਨੂੰ ਮਿਲ ਰਹੀ ਹੈ ਚਾਟ। ਇਹ ਦੋ ਤਰ੍ਹਾਂ ਦੀ ਹੈ, ਇੱਕ ਹੈ ਸੂਜੀ ਵਾਲੇ ਗੋਲ ਗੱਪੇ ਨੇ ਤੇ ਇੱਕ ਨੇ ਦੂਜੇ, ਠੀਕ ਹੈ, ਇਹ ਮੈਨੂੰ ਨਹੀਂ ਪਤਾ। ਤੇ ਇਹ ਨਾ ਜੀ ਤੁਹਾਨੂੰ ਮੈਂ ਦੱਸਾਂ ਵੀ ਇਹ ਚਾਟ ਜਿਹੜੀ ਹੈ ਇਹ ਅਸੀਂ ਖਾਧੀ ਸੀ ਪੁੰਨੇ, ਠੀਕ ਹੈ ਜੀ, ਪੁਨੇ ਖਾਧੀ ਸੀ, ਸ਼ੈਲੀ ਲੈ ਗਿਆ ਸੀ ਆਪਾਂ ਨੂੰ ਇਹ ਮਨਰਾਜ, ਇਹ ਉੱਥੇ ਬਹੁਤ ਮਸ਼ਹੂਰ ਹੈ। ਤੇ ਆਪਣੇ ਤੇ ਇੱਥੇ ਆ ਸੇਵੀਆਂ ਜੀਆਂ ਉੱਤੇ ਨਹੀਂ ਨਾ ਪਾਉਂਦੇ, ਉੱਥੇ ਇਹ ਸੇਮ ਕਹਿੰਦੇ ਆ ਇਹਨੂੰ, ਤੇ ਇਹਨੂੰ ਚਾਟ ਬਣਾਉਂਦੇ ਆ। ਤੇ ਗੋਲ ਗੱਪਿਆਂ ਦੇ ਵਿੱਚ ਭਰੀ ਹੋਈ ਹੋਵੇ ਜਾਂ ਸਬਰ ਨਹੀਂ ਹੋ ਰਿਹਾ, ਖਾਓ ਖਾਓ ਖਾਓ, ਮੈਂ ਤੇ ਕਹਿ ਰਹੀ ਹਾਂ ਖਾਓ ਜੀ ਖਾਓ ਖਾਓ। ਆਪਾਂ ਸਿਰਫ ਗੋਲ ਗੱਪੇ ਬਾਹਰੋਂ ਲਿਆਂਦੇ ਨੇ, ਬਾਕੀ ਆਪਾਂ ਸਾਰੀ ਚੀਜ਼ ਜਿਹੜੀ ਹੈ ਘਰ ਬਣਾਈ ਹੈ। ਡਿਫਰੈਂਟ ਦਿਨ ਪਤਾ ਨੀ ਤੁਸੀਂ ਸਵੇਰੇ ਜੋ ਕਿਹਾ ਮੈਂ ਪੂਰਾ ਕਰ ਦਿੱਤਾ, ਠੀਕ ਹੈ ਜੀ, ਠੀਕ ਹੈ, ਚੱਲੀਏ ਹੁਣ ਅਸੀਂ। ਓਕੇ ਜੀ, ਓਕੇ ਜੀ, ਥੈਂਕ ਯੂ।